ਜੀ ਅੱਜ ਦੀ ਇਸ ਨਸ਼ਿਸ਼ ਦੇ ਮਹਿਮਾਨ ਸ਼ਾਇਰ ਜਿਹਨਾਂ ਨੂੰ ਮੈਂ ਦਾਵਤ ਦੇਣਾ ਚਾਹ ਰਿਹਾ ਜੀ, ਇਹ ਕੌਣ ਵਧਾਏ ਮੈਂ ਖਾਨੇ ਵਿੱਚ ਜ਼ੁਲਫਾਂ ਰੱਖ ਰੁਖਸਾਰ ਉੱਤੇ, ਇਹ ਕੌਣ ਵਧਾਏ ਮੈਂ ਖਾਨੇ ਵਿੱਚ ਜ਼ੁਲਫਾਂ ਰੱਖ ਰੁਖਸਾਰ ਉੱਤੇ, ਖਸ ਕੇ ਜਾਮ ਦੀਵਾਨੇ ਤੂੰ ਨਾਰਾਜ਼ ਖੜਾ ਮੈਂ ਖਾਰ ਉੱਤੇ। ਮੈਂ ਜਨਾਬ ਦਾਵਤ ਦਿਆਂਗਾ ਅੱਜ ਦੀ ਨਸ਼ਿਸ਼ ਦੇ ਸਾਡੇ ਮਹਿਮਾਨ ਸ਼ਾਇਰ ਮੋਮਿਨ ਸ਼ਾਹ ਹਾਸ਼ਮੀ ਸਾਹਿਬ ਸਟੇਜ 'ਤੇ ਤਸ਼ਰੀਫ਼ ਲੈਣ ਦੇਣ। ਜਨਾਬ ਮੋਮਿਨ ਸ਼ਾਹ ਹਾਸ਼ਮੀ ਸਾਹਿਬ ਸਭ ਤੋਂ ਪਹਿਲੇ ਜਨਾਬੇ ਸੈਯਦ ਮੋਹਸਨ ਸ਼ਾਹ ਔਰ ਜਨਾਬੇ ਨਸੀਰ ਅਹਿਮਦ ਚੀਮਾ ਸਾਹਿਬ ਜਿਹੀਆਂ ਹਸਤੀਆਂ ਦੇ ਸਾਹਮਣੇ ਬੋਲਣਾ ਬਹੁਤ ਢੇਰ ਸਾਰਾ ਮਾਇਨੇ ਰੱਖਦਾ ਹੈ। ਐਡੀਆਂ ਵੱਡੀਆਂ ਸ਼ਖਸੀਅਤਾਂ ਔਰ ਮੈਂ ਦਿਲੋਂ ਬਜਾਨੋ ਸ਼ੁਕਰਗੁਜ਼ਾਰ ਹਾਂ ਫਰਖ ਇਜਾਜ਼ ਨਸੀਰ ਹੋਰਾਂ ਦਾ ਔਰ ਜਿਤਨੇ ਵੀ ਆਗੂ ਹਨ ਪੰਜਾਬੀ ਜ਼ਬਾਨ ਅਦਬ ਦੀ ਖਿਦਮਤਗਾਰੀ ਦਾ। ਇੱਥੇ ਗਣਛਾਵਾਂ ਰੁੱਖ ਵੇਖ ਕੇ ਤਾਂ ਬੜਾ ਸਵਾਦ ਹੈ। ਬਜ਼ੁਰਗ ਲੋਕ ਆਖਦੇ ਨੇ ਕਿ ਅਗਰ ਆਪਣੇ ਪੁੱਤਰਾਂ ਦਾ ਵਿਆਹ ਕਰਨਾ ਹੋਵੇ ਤਾਂ ਕਿਸੇ ਅਜਿਹੀ ਬੀਬੀ ਨਾਲ ਕਰੋ ਜੇ ਉਹਦੇ ਪੱਲੂ ਵਿੱਚੋਂ ਅਦਬ ਦੀ ਖੁਸ਼ਬੂ ਆਉਂਦੀ ਹੋਵੇ। ਉਹਦਾ ਰਿਜ਼ਲਟ ਇਹ ਹੋਏਗਾ ਕਿ ਤੁਹਾਡੀ ਔਲਾਦ ਜਿਹੜੀ ਹੈ ਅੱਗੋਂ ਨਸਲ ਜਿਹੜੀ ਹੈ ਉਹ ਜ਼ਬਾਨੋ ਅਦਬ ਦੇ ਨਾਲ ਪਿਆਰ ਕਰੇਗੀ, ਰਹਿਤੋ ਦੇ ਨਾਲ ਪਿਆਰ ਕਰੇਗੀ, ਤੁਹਾਨੂੰ ਘਾਟ ਕਿਸੇ ਸ਼ਾਇਦ ਨਹੀਂ ਆ। ਔਰ ਐਡੇ ਅਦਬ ਪਰਵਰ ਲੋਕ ਵੇਖ ਕੇ ਇਹਨਾਂ ਦਾ ਨਸੀਬ ਸਾਹਿਬ ਦਾ ਮੈਂ ਪ੍ਰੋਗਰਾਮ ਵੇਖਿਆ ਤਾਂ ਮੈਂ ਉੱਥੇ ਬਹਿ ਕੇ ਸੋਚ ਰਿਹਾ ਲਫਜ਼ਾਂ ਦੀ ਹੁਣ ਮੈਂ ਕੋਸ਼ਿਸ਼ ਕਰ ਰਿਹਾ ਜੋੜਨ ਦੀ ਕਿ ਮੈਂ ਕੀ ਬੋਲਣਾ। ਐਡੀ ਵੱਡੀ ਹਸਤੀ ਹੈ ਤਾਂ ਮੇਰੇ ਕੋਲ ਕੋਈ ਗਲਤੀ ਹੋਵੇ ਜੇ ਤੁਸੀਂ ਮੈਨੂੰ ਮਾਫ਼ ਕਰੋ। ਅਹਿਮਦ ਬਰਸਰੇ ਮਤਲਬ ਹਰ ਬੰਦੇ ਦਾ ਇੱਕ ਆਪਣਾ ਅਸਲੂਬ ਹੁੰਦਾ, ਇੱਕ ਆਪਣਾ ਅੰਦਾਜ਼ ਹੁੰਦਾ। ਪੀਰ ਮੋਹਸਨ ਸ਼ਾਹ ਜੀ ਕੇ ਬੜੇ ਕਰਮ ਹਨ, ਆਕਾ ਆਜ਼ਾਦੀ ਦੇ ਜੈ ਬਖਸ਼ੇ ਜ਼ੋਰ ਕਲਮ ਵਿੱਚ ਬੜੇ ਕਰਮ ਹਨ, ਬੜੇ ਕਰਮ ਹਨ ਆਕਾ ਆਜ਼ਾਦੀ ਦੇ ਜੈ ਬਖਸ਼ੇ ਜ਼ੋਰ ਕਲਮ ਵਿੱਚ, ਉਹਦੇ ਜਾਇਆਂ ਤੋਂ ਹਰ ਸੋਚ ਵਾਰਾਂ ਰਬੇ ਸਾਹਿਬ ਮਸਰੂਫ ਮਾਤਮ ਵਿੱਚ, ਉਹਦੇ ਜਾਇਆਂ ਤੋਂ ਹਰ ਸੋਚ ਵਾਰਾਂ ਰਬੇ ਸਾਹਿਬ ਮਸਰੂਫ ਮਾਤਮ ਵਿੱਚ, ਜਿਨ੍ਹਾਂ ਦੀਨ ਨੂੰ ਬਖਸ਼ ਬਕਾ ਛੋੜੀ ਗਏ ਆਪ ਗੁਜ਼ਾਰ ਅਲਮ ਵਿੱਚ, ਹਰ ਮੋਮਿਨ ਦੀ ਜਿੰਦ ਮੋਮਿਨ ਸ਼ਾਹ ਕਰੇ ਕੂਝ ਹੁਸੈਨ ਦੇ ਗਮ ਵਿੱਚ, ਹਰ ਮੋਮਿਨ ਦੀ ਜਿੰਦ ਮੋਮਿਨ ਸ਼ਾਹ ਕਰੇ ਕੂਝ ਹੁਸੈਨ ਦੇ ਗਮ ਵਿੱਚ। ਹੁਣ ਆਪਣੀਆਂ ਗੱਲਾਂ ਕਿ ਮੈਂ ਪੁੱਤਰ ਦੇਸ ਪੰਜਾਬ ਦਾ, ਇਹ ਧਰਤੀ ਮੇਰੀ ਮਾਂ, ਮੈਂ ਪੁੱਤਰ ਦੇਸ ਪੰਜਾਬ ਦਾ, ਇਹ ਧਰਤੀ ਮੇਰੀ ਮਾਂ, ਮੈਂ ਬਾਹੂ ਬਾਹੂ ਬੋਲਦਾ ਮੇਰਾ ਜਾ ਫਰੀਦੀ ਨਾਂ। ਮਿਸਰਾ ਵੇਖ ਤੁਸੀਂ ਕਿ ਮੇਰੇ ਨੱਕ 'ਚ ਨੱਥ ਹੈ ਨਾਨਕੀ, ਕਿ ਮੇਰੇ ਨੱਕ 'ਚ ਨੱਥ ਹੈ ਨਾਨਕੀ, ਸਿਰ ਸ਼ਾਹ ਹੁਸੈਨੀ ਛਾਂ, ਮੈਂ ਬਾਲਕਾ ਬੁੱਲੇ ਸ਼ਾਹ ਦਾ ਮੇਰੀ ਵਾਰਸ ਹੱਥੀ ਬਾਂ।
ਮੈਂ ਬਾਲਕਾ ਬੁੱਲੇ ਸ਼ਾਹ ਦਾ, ਮੇਰੀ ਵਾਰਸ ਸੱਤੀ ਬਾਂ ਅਤੇ ਦੋ ਚਾਰ ਬੈਠ ਦੇਖ ਸੋ ਕਿ ਲਾਵਾਰਸ ਚਾਹੀਏ ਯਾਤਰੀ ਹੈ। ਇੱਕ ਗੱਲ ਕੀਤੀ ਜਾਵਾਂ ਕਿ ਮੇਰੀ ਦੁਨੀਆ ਦੇ ਮੇਰੇ ਦੋ ਮੁਰਸ਼ਦ ਹਨ, ਇੱਕ ਅਸਤੀ ਦਾ ਨਾਂ ਬਾਬਾ ਜੀ ਬੁੱਲੇ ਸ਼ਾਹ ਰਹਿਮਤੁੱਲਾ ਅਲੈਹ, ਔਰ ਮੈਨੂੰ ਮਾਣ ਹੈ ਕਿ ਮੈਂ ਉਹਨਾਂ 'ਚੋਂ। ਦੂਜੀ ਅਸਤੀ ਅਦਬੀ ਮੁਰਸ਼ਦ ਜਨਾਬ ਆਬਿਦ ਹੁਸੈਨ ਆਬਿਦ ਤਮੀਮੀ, ਖੁਦਾਵੰਦ ਦੇ ਕੁਦੂਸ ਦੀ ਕਰੀਮ ਜ਼ਾਤ ਉਹਨਾਂ ਨੂੰ ਕਰਵਟ ਕਰਵਟ ਜੰਨਤ ਨਸੀਬ ਕਰੇ। ਅੱਜ ਮੈਂ ਜੋ ਕੁਛ ਹਾਂ ਉਸ ਫਕੀਰ ਦੀ ਦੁਆ ਦਾ ਸਦਕਾ ਹਾਂ। ਮੈਂ ਕਾਗਜ਼ 'ਤੇ ਕੁਝ ਹੋਰ ਲਿਖਿਆ ਆ ਹਾਂ, ਲੇਕਿਨ ਨੱਚਣ ਦਾ ਇੱਕ ਆਪਣਾ ਸਵਾਦ ਹੈ ਕਿ ਲਾਵਾਰਸ ਚਾਹੀ ਹਯਾਤੀ ਹੈ, ਕੋਈ ਸਾਈਂ ਢੂੰਡਦਾ ਫਿਰਨਾ। ਸ਼ਸਬ ਗੌਰ ਕਰਸੋ, ਲਾਵਾਰਸ ਚਾਹੀ ਹਯਾਤੀ ਹੈ, ਕੋਈ ਸਾਈਂ ਢੂੰਡਦਾ ਫਿਰਨਾ, ਮੈਂ ਬੁੱਲੇ ਵਾਂਗ ਨੱਚਣਾ ਹੈ ਅਰਾਈਂ ਢੂੰਡਦਾ ਫਿਰਨਾ, ਮੈਂ ਬੁੱਲੇ ਵਾਂਗ ਨੱਚਣਾ ਹੈ ਅਰਾਈਂ ਢੂੰਡਦਾ ਫਿਰਨਾ। ਨਜ਼ਮ ਦੇ ਦੋ ਚਾਰ ਸ਼ੇਰ ਵੇਖੋ ਕਿ ਨੱਚ ਨਹੀਂ ਜਿੰਦੇ ਨੱਚ, ਨੱਚ ਨਹੀਂ ਜਿੰਦੇ ਨੱਚ, ਉਹ ਹੱਸ ਕੇ ਜੂਟਣ ਸੂਲੀਆਂ ਜੋ ਪੱਲੇ ਬੰਨਣ ਸੱਚ, ਨੱਚ ਨਹੀਂ ਜਿੰਦੇ ਨੱਚ। ਤੇਰੇ ਮੂੰਹ 'ਤੇ ਮਲ ਕੇ ਸ਼ਾਂਤੀ, ਤੇਰੇ ਮੂੰਹ 'ਤੇ ਮਲ ਕੇ ਸ਼ਾਂਤੀ, ਤੇਰੇ ਅੰਦਰ ਬਾਲੇ ਮੱਚ, ਨੱਚ ਨਹੀਂ ਜਿੰਦੇ ਨੱਚ। ਫਰਕ ਦੀ ਸ਼ੇਰ ਵੇਖੋ ਕਿ ਤੂੰ ਚੁੱਕੇ ਪਾਰ ਸਰੀਰ ਦੇ, ਤੇਰੇ ਪੈਰਾਂ ਥੱਲੇ ਕੱਚ, ਤੂੰ ਚੁੱਕੇ ਪਾਰ ਸਰੀਰ ਦੇ, ਤੇਰੇ ਪੈਰਾਂ ਥੱਲੇ ਕੱਚ, ਨੱਚ ਨਹੀਂ ਜਿੰਦੇ ਨੱਚ। ਤੇ ਚੜੀ ਇਸ਼ਕ ਦਾ ਮੋਮਿਨ ਮੋਰਕਾ, ਉਹ ਚੜੀ ਇਸ਼ਕ ਦਾ ਮੋਮਿਨ ਮੋਰਕਾ, ਫਿਰ ਵੇਖਾਂ ਜਾਵੇਂ ਬੱਚ, ਨੱਚ ਨਹੀਂ ਜਿੰਦੇ ਨੱਚ, ਨੱਚ ਨਹੀਂ ਜਿੰਦੇ ਨੱਚ। ਅਤੇ ਇਸ ਮੇਰਾ ਅਰਦਾਸ ਸਲੂਪ ਹੁੰਦਾ ਬੈਤ ਵੇਖੋ ਕਿ ਤੇਰੇ ਨਾਲ ਪ੍ਰੀਤ ਬਣਾ ਕੇ ਸਦਾ ਸੁਹਾਗਣ ਹੋ ਗਈ ਹੈ। ਫਰਕ ਜੀ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਜ਼ਿਹਨ 'ਚ ਕੋਈ ਥੋੜ੍ਹਾ ਜਿਹਾ ਪੰਜਾਬੀ ਨਾਲ ਟੱਚ ਹੈ, ਤੇਰੇ ਨਾਲ ਪ੍ਰੀਤ ਬਣਾ ਕੇ ਸਦਾ ਸੁਹਾਗਣ ਹੋ ਗਈ ਹੈ, ਤਾਂ ਮੇਰੀ ਸੋਚ ਦੀ ਕੁੱਖੋਂ ਅੱਖਰ ਜੰਮਣ ਲੱਗ ਪਏ, ਤਾਂ ਮੇਰੀ ਸੋਚ ਦੀ ਕੁੱਖੋਂ ਅੱਖਰ ਜੰਮਣ ਲੱਗ ਪਏ ਨੇ। ਫਰਕ ਜੀ ਬੈਤ ਵੇਖਣਾ ਕਿ ਸਿੱਖ ਈਸਾਈ ਹਿੰਦੂ ਮੁਸਲਿਮ ਕਿਹੜਾ ਨਾਮ ਰੱਖਾਵਾਂ ਮੈਂ, ਸਿੱਖ ਈਸਾਈ ਚਿਮਾ ਸਾਹਿਬ, ਸਿੱਖ ਈਸਾਈ ਹਿੰਦੂ ਮੁਸਲਿਮ ਕਿਹੜਾ ਨਾਮ ਰੱਖਾਵਾਂ ਮੈਂ, ਧਰਮਾਂ ਪਿੱਟੀ ਧਰਤੀ ਮੇਰੀ, ਦੱਸੋ ਕਿੱਥੇ ਜਾਵਾਂ ਮੈਂ, ਮਜ਼ਬਾਂ ਪਿੱਟੀ ਧਰਤੀ ਮੇਰੀ, ਦੱਸੋ ਕਿੱਥੇ ਜਾਵਾਂ ਮੈਂ, ਕਿ ਤੈਨੂੰ ਮੋਮਿਨ ਅਤੇ ਕਾਫਿਰ ਦੇ ਮੁਰਸ਼ਿਦ, ਲਫ਼ਜ਼ ਮੋਮਿਨ ਦਾ ਵੀ ਭਾਵ ਵੇਖਿਆ ਹੈ ਕਿ ਤੈਨੂੰ ਮੋਮਿਨ ਅਤੇ ਕਾਫਿਰ ਦੇ ਜਦਾਂ ਮਹਿਮੇ ਦੀ ਪੱਕ ਲੱਗਦੀ, ਜਦਾਂ ਤੈਨੂੰ ਮੋਮਿਨ ਅਤੇ ਕਾਫਿਰ ਦੇ
ਜਦਨ ਮੈਨੇ ਦੇ ਪੱਕ ਲਗਸਨ ਉਦਨ ਤੋੜੀ ਤੂੰ ਮੋਮਿਨ ਸ਼ਾਹ ਬੜੇ ਲੱਗਦੇ ਵਜਾ ਵਾਸ ਉਦਨ ਤੋੜੀ ਤੂੰ ਮੋਮਿਨ ਸ਼ਾਹ ਬੜੇ ਲੱਗਦੇ ਵਜਾ ਵਾਸਤੇ ਕਿ ਅੰਤ ਪਿਆਰੇ ਦੋਸਤਾ ਤੈਥੋਂ ਬਾਰੇ ਦੋਸਤਾ ਅੰਤ ਪਿਆਰੇ ਦੋਸਤਾ ਤੈਥੋਂ ਬਾਰੇ ਦੋਸਤਾ ਤੇਰੀ ਜਿੱਤ ਮਤਲੂਬ ਸੀ ਜਿੱਤੇ ਹਾਰੇ ਦੋਸਤਾ ਤੇਰੀ ਜਿੱਤ ਮਤਲੂਬ ਸੀ ਜਿੱਤੇ ਹਾਰੇ ਦੋਸਤਾ ਔਰ ਤੇਰੇ ਸੱਚ ਤੇ ਝੂਠ ਨੂੰ ਕੌਣ ਮਿਟਾਰੇ ਦੋਸਤਾ ਤੇਰੇ ਸੱਚ ਤੇ ਝੂਠ ਨੂੰ ਕੌਣ ਮਿਟਾਰੇ ਦੋਸਤਾ ਤੇ ਸ਼ਾਲਾ ਅਮਰੀ ਲੱਗਣੀ ਲੇਖ ਮੁਨਾਰੇ ਦੋਸਤਾ ਸ਼ਾਲਾ ਅਮਰੀ ਲੱਗਣੀ ਲੇਖ ਮੁਨਾਰੇ ਦੋਸਤਾ ਤੇ ਲੱਖਾਂ ਡੋਬੇ ਅੱਖ ਦੇ ਲੱਖਾਂ ਡੋਬੇ ਅੱਖ ਦੇ ਪਾਣੀ ਖਾਰੇ ਦੋਸਤਾ ਮੈਂ ਮੋਮਿਨ ਸਾਵਾਂ ਵੇਚੀਆਂ ਮੈਂ ਮੋਮਿਨ ਸਾਵਾਂ ਵੇਚੀਆਂ ਤੂੰ ਸਮਝ ਗੁਬਾਰੇ ਦੋਸਤਾ ਮੈਂ ਮੋਮਿਨ ਸਾਵਾਂ ਵੇਚੀਆਂ ਤੂੰ ਸਮਝ ਗੁਬਾਰੇ ਦੋਸਤਾ ਅੰਤ ਪਿਆਰੇ ਦੋਸਤਾ ਤੈਥੋਂ ਬਾਰੇ ਦੋਸਤਾ ਮੇਰੇ ਮੈਨੂੰ ਵੇਖ ਹਨੇਰੇ ਰੋ ਪਏ ਮੈਨੂੰ ਵੇਖ ਹਨੇਰੇ ਰੋ ਪਏ ਮੇਰੇ ਨਾਲ ਬਥੇਰੇ ਰੋ ਪਏ ਤੇ ਕਿਉਂ ਨਹੀਂ ਆ ਕੇ ਕਾਂ ਕੋਈ ਬਣਦਾ ਘਰ ਦੇ ਯਾਰ ਬਨੇਰੇ ਰੋ ਕਿਉਂ ਨਹੀਂ ਆ ਕੇ ਕਾਂ ਕੋਈ ਬਣਦਾ ਘਰ ਦੇ ਯਾਰ ਬਨੇਰੇ ਰੋ ਪਏ ਤੇ ਤੁਹਾਡਾ ਵੇਖੋ ਕਿ ਮੇਰੀ ਦੁਆ ਹੈ ਸੱਜਣ ਨਸੀਬਾਂ ਦੀ ਬੇਡੋਰ ਪਤੰਗ ਨਾ ਵੇਖੇ ਰੰਗ ਲੱਗਣੀ ਲੇਖ ਤੇ ਰੰਗਪੁਰ ਨੂੰ ਕਦੀ ਬਖਤ ਬੇਰੰਗ ਨਾ ਵੇਖੇ ਤੇ ਵੱਸੀ ਰਾਂਝਾ ਸਾਹਿਬ ਵੱਸੀ ਤਖ਼ਤ ਹਜ਼ਾਰਾਂ ਸਦਰਾਂ ਦਾ ਲੁੱਟੀ ਆਸ ਦਾ ਜੰਗ ਨਾ ਵੇਖੇ ਸ਼ਾਲਾ ਆਪਣੇ ਸਗਨ ਦੀ ਮੋਮਿਨ ਸ਼ਾਹ ਕਦੀ ਤਰੁੱਟੀ ਹੋਈ ਬੰਗ ਨਾ ਵੇਖੇ ਸ਼ਾਲਾ ਆਪਣੇ ਸਗਨ ਦੀ ਮੋਮਿਨ ਸ਼ਾਹ ਕਦੀ ਤਰੁੱਟੀ ਹੋਈ ਬੰਗ ਨਾ ਵੇਖੇ ਤੇ ਬੰਗ ਦੀ ਗੱਲ ਫਰਕ ਜੀ ਕਿ ਹੋਇਓ ਵਕਤ ਦਾ ਸ਼ਾਹ ਮੋਸਨ ਸ਼ਾਹ ਕਿ ਹੋਇਓ ਵਕਤ ਦਾ ਸ਼ਾਹ ਤੇ ਵਕਤ ਜੋ ਹੈ ਅਸਾਂ ਰੋਲ ਮਲੰਗ ਤੇਰੇ ਕਿਸ ਲੇਖੇ ਅਸਾਂ ਰੋਲ ਮਲੰਗ ਤੇਰੇ ਕਿਸ ਲੇਖੇ ਰੰਗ ਓਪਰੇ ਤੇਰੇ ਲੇਖਾਂ ਦੇ ਸਾਡਾ ਬਖਤ ਦੇ ਰੰਗ ਤੇਰੇ ਕਿਸ ਲੇਖੇ ਅਸੀਂ ਮੋਮਿਨ ਸ਼ਾਹ ਜੀ ਸਦਰਾਂ ਦਾ ਹਿੱਸੇ ਉਜੜਿਆ ਜੰਗ ਤੇਰੇ ਕਿਸ ਲੇਖੇ ਤੇਰੀ ਵੀਣੀ ਆਦੀ ਕੰਗਣਾ ਦੀ ਅਸੀਂ ਕੱਚ ਦੀ ਵੰਗ ਤੇਰੇ ਕਿਸ ਲੇਖੇ ਤੇਰੀ ਵੀਣੀ ਆਦੀ ਕੰਗਣਾ ਦੀ ਅਸੀਂ ਕੱਚ ਦੀ ਵੰਗ ਤੇਰੇ ਕਿਸ ਲੇਖੇ ਤੇ ਜਿਹਦੇ ਵਹਿਣ ਸੁਣੀ ਤੇ ਅਰਸ਼ਾਂ ਤੇ ਉਸ ਵਿਛੜੀ ਗੂੰਜ ਦਾ ਸੰਗਾਂ ਜਿਹਦੇ ਵਹਿਣ ਸੁਣੀ ਤੇ ਅਰਸ਼ਾਂ ਤੇ ਉਸ ਵਿਛੜੀ ਗੂੰਜ ਦਾ ਸੰਗਾਂ
ਮੈਂ ਮਾਤਮ ਹਾਂ, ਮੈਂ ਰੂਮੀਆਂ ਦਾ, ਮੈਂ ਸੱਜਣ ਅਨਾ ਦੀ ਜੰਗ ਆ ਤੇ ਅਰਮਾਨ ਥੱਲ ਚ ਮਰ ਗਈ ਦਾ ਕਿਸੇ ਉਜੜੀ ਹੀਰ ਦਾ ਜੰਗ ਆ ਜਿਹਨੂੰ ਮੋਮਿਨ ਮਾਲਕ ਬਨ ਛੱਡਿਆ ਹੈ ਉਸ ਬਾਂ ਬੇਕਾਰ ਦੀ ਵੰਗ ਆ ਕਿ ਨਾ ਨੌ ਦਿਲ ਹੱਜ ਨੂੰ ਲੜ ਮਾਂਗਾ ਮੇਰੀ ਸਿੱਖ ਨੂੰ ਕਫਨ ਪਵਾ ਦੇ ਨਾ ਨੌ ਦਿਲ ਹੱਜ ਨੂੰ ਲੜ ਮਾਂਗਾ ਮੇਰੀ ਸਿੱਖ ਨੂੰ ਕਫਨ ਪਵਾ ਨਹੀਂ ਕੁਝ ਡਰ ਉਸ ਜ਼ਾਤ ਕਦੀਰ ਕੋਲੋਂ ਏਡੇ ਭਾਰੇ ਭਾਰ ਜਵਾ ਨਹੀਂ ਤੇ ਦੇ ਈਦ ਮੁਕਾਣ ਨਹੀਂ ਜਲ ਸਕਣੀ ਮੈਨੂੰ ਲਹੂ ਦੇ ਘੁੱਟ ਭਰਵਾ ਨਹੀਂ ਇਸ ਸਾਲ ਵੀ ਮੋਮਿਨ ਸ਼ਾਹ ਮੇਰੀ ਤੂੰ ਜ਼ਾਲਮਾ ਈਦ ਵਜਾ ਨਹੀਂ ਜਿਉਂਦਾ ਕਰ ਤੁਹਾਡੀਆਂ ਮੁਹੱਬਤਾਂ